ਵੀ ਪਰ ਦੁਨੀਆ ਕਹਿੰਦਾ, ਮੈਂ ਉਹਨੂੰ ਕਹਿੰਦੀ ਸੀ ਵੀ ਦੁਨੀਆ ਨਹੀਂ ਤੁਹਾਨੂੰ ਇਹ ਕਰਦੀ, ਛੱਡਦੇ ਕੰਮ ਕਿਹੜਾ ਤੂੰ ਤੇਰੇ ਮਗਰ ਪਈ ਆ, ਵੀ ਤੈਨੂੰ ਕੋਈ ਉਲਝਾਉਣਗੇ ਕਿਸੇ ਗੱਲ 'ਚ। ਕਹਿੰਦਾ ਨਹੀਂ ਭੈਣੇ, ਦੁਨੀਆ ਆਪਣੀ ਹੈ ਸਾਰੀ, ਉਹ ਸਾਰਿਆਂ ਨੂੰ ਆਪਦੇ ਸਮਝਦਾ ਸੀ। ਜਿਹੜਾ ਹੁਣ ਅੱਜ ਹੱਥੋਂ ਗਿਆ ਸਾਡੇ, ਅੱਜ ਹੁਣ ਨਹੀਂ ਕਿਤੇ ਸਾਹ ਬੰਦ ਕਰ ਗਿਆ ਹੁਣ ਤਾਂ, ਅਤੇ ਸਾਹਮਣੇ ਵਰਗਾ ਵੀਰ ਹੁਣ ਨਹੀਂ ਇੱਥੇ ਆਉਣਾ ਕਿਤੇ। ਪਰ ਜੇ ਐਂ ਕਹਿੰਦੇ ਵੀ ਛੱਬੀ ਜਨਵਰੀ ਤੋਂ ਪਿਛਲੀ ਦੁਨੀਆ, ਉਦੋਂ ਇਹ ਕੁਛ ਹੋ ਜਾਂਦਾ ਉਹਦੇ ਪਿੱਛੇ ਜਿਵੇਂ ਦੁਨੀਆ ਹੁਣ ਕਰੀ ਜਾਂਦੀ ਆ, ਤਾਂ ਕੁਛ ਗੱਲ ਹੋਰ ਹੁੰਦੀ। ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸੱਚਬਾਈ ਦੇ ਨਾਲ। ਮੈਂ ਹਾਂ ਰਣਜੀਤ ਗਿੱਲ, ਬਹਿਮਨ ਦਵਾਨਾ ਪਿੰਡ ਪਹੁੰਚੇ ਹਾਂ, ਜਿੱਥੇ ਦੀਪ ਸਿੱਧੂ ਦੇ ਭੈਣ ਜੀ ਨੇ, ਜਿੱਥੇ ਦੀਪ ਸਿੱਧੂ ਦਾ ਬਚਪਨ ਗੁਜ਼ਰਿਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਹਨੇ ਸਭ ਤੋਂ ਪਹਿਲਾਂ ਤਾਂ ਬਹੁਤ ਦੁੱਖ ਜ਼ਾਹਰ ਕਰਦੇ ਆ, ਹੈ ਨਾ, ਵੀ ਬੜਾ ਛੇਤੀ ਚੱਲੇ। ਦੁੱਖ ਤਾਂ ਗੁੱਲ ਗੱਲ ਕਰਨ ਜੋਗਰੀ ਨਹੀਂ ਛੱਡੀ ਵੀਰ ਜੀ। ਅਸਾਂ ਪਲੇ ਸੀਗੇ ਵਧੀਆ, ਹੱਸ ਖੇਡ ਕੇ ਪਲੇ ਸਾਂ ਇਕੱਠੇ, ਜਿਹੜਾ ਕੋਲੋਂ ਆਏ ਤੁਰ ਗਿਆ, ਅੱਜ ਤਾਂ ਕੁਛ ਸੋਝੀ ਨਹੀਂ ਆਉਂਦੀ ਆਪ ਨੂੰ, ਗੱਲ ਹੀ ਆਉਣ ਹਟੀ ਪਈ ਹੈ, ਬੰਦ ਹੋਈ ਪਈ ਹੈ, ਵੀ ਕੀ ਕਰੀਏ ਹੁਣ, ਗੱਲਾਂ ਹੀ ਆਉਣੀਆਂ ਬੰਦ, ਕੋਈ ਪਤਾ ਨਹੀਂ ਪਰਮਾਤਮਾ ਨੂੰ, ਇਹ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਹੋਇਆ ਕੀ ਹੈ, ਤਾਂ ਸਮਝ ਨਹੀਂ ਆ ਰਹੀ ਗੱਲ ਦੀ। ਥੋੜਾ ਟਾਈਮ ਤਾਂ ਹੋਰ ਦਿੰਦੇ। ਦਸ ਕੁ ਸਾਲ ਦਾ ਬਸ, ਛੇਵੀਂ ਜਾ ਕੇ ਲੱਗਿਆ। ਦੇਖੋ ਤੁਸੀਂ, 5 ਸਾਲ ਬਠਿੰਡੇ ਰੱਖਿਆ ਉਹਨਾਂ ਨੇ ਕੋਲੇ ਪਹਿਲਾਂ ਚਾਚਾ ਜੀ ਨੇ, ਛੇਵੀਂ ਚੱਕ ਕੇ ਇੱਥੇ ਖੇਡਾਂ ਕਰ ਸੀ ਸਕੂਲ 'ਚ, ਕਹਿੰਦੇ ਖੇਡਾਂ ਵੀ ਇੱਥੇ ਰਿਹਾ ਕਰੂਗਾ ਤੁਹਾਡੇ ਕੋਲ। ਮੈਂ ਕਿਹਾ ਚਲੋ ਠੀਕ ਹੈ, ਵੀ ਇੱਥੇ ਰਹਿੰਦਾ ਸੀਗਾ, ਵਧੀਆ, ਬਹੁਤ ਵਧੀਆ ਪਿਆਰ ਸੀ ਕਿਸੇ ਨੂੰ ਸ਼ੁਰੂ ਤੋਂ ਹੀ ਉਹਦੀ ਜ਼ਿੰਦਗੀ ਐਂ ਹੀ ਵਧੀਆ ਪੜਿਆ ਕਰਿਆ ਸੀ, ਵਧੀਆ ਪਿਆਰ ਕਰਦਾ ਸਾਰਿਆਂ ਨੂੰ ਹੀ ਕਰਦਾ ਸੀ, ਉਹ ਤਾਂ ਕਿਸੇ ਬਾਰੇ ਐਂ ਨਹੀਂ ਸੀ ਵੀ ਕਿਸੇ ਨੂੰ ਆਪਦਾ ਸਮਝਦਾ ਸੀ ਜਾਂ ਕਿਸੇ ਨੂੰ ਦੂਜਾ ਸਮਝਦਾ ਸੀ, ਉਹ ਨਹੀਂ ਸੀ ਗੱਲ ਉਹਦੇ 'ਚ ਹੈਗੀ, ਅਤੇ ਉਹ ਗੱਲ ਨਹੀਂ ਸੀ ਹੈਗੀ ਉਹਦੇ 'ਚ। ਪਤਾ ਨਹੀਂ ਉਹ ਰੱਬ ਨੇ ਕੀ ਰੂਪ ਭੇਜਿਆ ਸੀਗਾ, ਸੁਭਾਅ ਬਸ ਊਂ ਵੈਸੇ ਥੋੜ੍ਹਾ ਜਿਹਾ ਸੀਗਾ ਗਰਮ, ਜਿਵੇਂ ਆਪਦੇ ਕੰਮਾਂ 'ਚ ਕੋਈ ਬੱਚਿਆਂ ਨੇ ਕਿਸੇ ਨੇ ਕੋਈ ਆਖੇ ਨਹੀਂ ਲੱਗਿਆ ਗਾ, ਆਪਦੇ ਭੈਣ ਭਰਾਵਾਂ ਨੂੰ ਗਰਮੀ ਵੀ ਦਿਖਾਉਂਦਾ ਸੀਗਾ, ਪਰ ਪਿਆਰ ਵੀ ਉਹਨਾਂ ਉਹਨੂੰ ਜ਼ਿਆਦਾ ਕਰਦਾ ਸੀਗਾ, ਅਤੇ ਗਰਮ ਹੋ ਜਾਂਦਾ ਸੀ ਵੀ ਮੇਰੇ ਆਖੇ ਨਹੀਂ ਲੱਗਿਆ, ਕੰਮ ਨਹੀਂ ਕੁਛ ਕਰਿਆ ਛੇਤੀ, ਕੰਮ ਕਾਰ ਵੀ ਕਰਾ ਦਿੰਦੇ ਸੀ ਸਕੂਲ ਦਾ ਜਵਾਕਾਂ ਬੱਚਿਆਂ ਦੀ, ਬਸ ਗਰਾਊਂਡ 'ਚ ਜਾਣਾ, ਜ਼ਿਆਦਾ ਖੇਡੀ ਜਾਣਾ, ਇੱਥੇ ਘਰ ਰੋਟੀ ਖਾਣ ਆਉਣਾ, ਭੱਜਿਆ ਭੱਜਿਆ ਹੀ ਫਿਰਨਾ ਬਸ। ਸ਼ੁਰੂ ਤੋਂ ਹੀ ਉਹਦੀ ਤਾਂ ਪੈਰ ਚਾਲ ਐਂ ਰੱਖੀ ਸੀਗੀ ਵੀ ਤੁਹਾਡੇ ਘਰੇ ਨਹੀਂ, ਉਹ ਖੜਦਾ ਸੀਗਾ, ਭੱਜਿਆ ਰਹਿਣਾ, ਸਕੂਲ ਜਾਣਾ ਬੱਚਿਆਂ ਕੋਲ, ਦੋਸਤਾਂ ਕੋਲ। 10ਵੀਂ ਕਰਕੇ ਉੱਠ ਗਿਆ ਇੱਥੋਂ, ਪਲੱਸ ਟੂ ਲੁਧਿਆਣੇ ਕੀਤੀ ਹੈ ਜੀ, ਲੁਧਿਆਣੇ ਕੀਤੀ, ਉਦੋਂ ਬਾਅਦ ਪੂਨੇ ਜਾ ਵੜਿਆ। ਜਿਹੜਾ ਮੇਲ ਮਿਲਾਪ ਸੀ ਉਹੀ ਰਿਹਾ, ਭੈਣ ਪਿਆਰਾਂ ਦਾ ਮਾਂ ਉਹੀ ਜੀ, ਉਹੀ ਬਸ ਉਹੀ ਰਿਹਾ, ਆਉਣਾ ਜਾਣਾ ਉਹਦਾ ਬੰਦ ਹੋ ਗਿਆ ਥੋੜ੍ਹਾ ਜਿਹਾ, ਉਦੋਂ ਬਾਅਦ ਘੱਟ ਆਇਆ ਸਾਡੇ ਕੋਲ, ਕਿਉਂ ਉਹਦਾ ਕੰਮ ਕਾਰ ਹੀ ਇਹੋ ਜਿਹਾ ਹੋ ਗਿਆ ਜਦੋਂ ਬੰਬੇ ਬੁਲਾਇਆ ਗਿਆ ਕੰਮਾਂ ਵਾਸਤੇ, ਅਤੇ ਫਿਰ ਆਹਦਾ ਫੋਨ ਜ਼ਰੂਰ ਕਰਦਾ ਰਹਿੰਦਾ ਸੀਗਾ ਵੀ ਆਊਂਗਾ, ਆਇਆ ਨਹੀਂ ਗਿਆ ਭੈਣੇ, ਆਊਂਗਾ ਜ਼ਰੂਰ, ਕੋਈ ਦੁੱਖ ਸੁੱਖ ਵੇਲੇ ਕਹਿਣਾ ਵੀ ਆਊਂਗਾ, ਮੈਂ ਬਾਅਦ 'ਚ ਆਊਂਗਾ, ਅੱਜ ਨਹੀਂ ਆਇਆ ਗਿਆ, ਬੱਚਿਆਂ ਦੇ ਵਿਆਹ ਕੀਤੇ ਮੈਂ, ਆਇਆ ਨਹੀਂ ਗਿਆ, ਆਊਂਗਾ ਜ਼ਰੂਰ। ਬਸ ਹੁਣ 3-4 ਸਾਲ ਤੋਂ ਪੰਜਾਬ ਆ ਗਿਆ ਜਦੋਂ ਦਾ, ਵੀ ਆ ਫਿਲਮਾਂ 'ਚ ਬਣਾਉਣ ਲੱਗ ਗਿਆ, ਉਦੋਂ ਤੋਂ ਇੱਕ ਅੱਧਾ ਚੱਕਰ ਲੱਗਿਆ ਉਹਦਾ, ਗੱਲਬਾਤ ਹੁੰਦੀ ਰਹਿੰਦੀ ਸੀ ਅਕਸਰ ਹੀ। ਹਾਂਜੀ, ਗੱਲਬਾਤ ਬਸ ਬਸ ਹੁਣ ਟੁੱਪ ਜਾਂਦੇ ਸੀ, ਮੈਂ ਵੀ ਇਹੋ ਜਿਹਾ ਇੱਥੋਂ ਇਸ ਘਰੇ ਆ ਕੇ ਜ਼ਿੰਮੇਵਾਰੀਆਂ ਬਾਹਲੀਆਂ ਪੈ ਗਈਆਂ ਜੀ, ਸਾਡੀ ਵੀ, ਮੇਰੀ ਸੱਸ ਸੀ ਮਾਤਾ ਜਿਹੜੀ ਗੁਜ਼ਰ ਗਏ ਸੀਗੇ, ਦਿਓਰ ਮਗਰੋਂ ਪਿਆ, ਉਹਨਾਂ ਦੀ ਘਰ ਵਾਲੀ ਦੀ ਡੈਥ ਹੋ ਗਈ ਸੀਗੀ, ਬੱਚਾ ਸੀ ਛੋਟਾ ਫਿਰਦਾ, ਬਸ ਜ਼ਿੰਮੇਵਾਰੀਆਂ ਇਹੋ ਜਿਹੀਆਂ ਹੋਈਆਂ, ਗੱਲ ਬਹੁਤ ਘੱਟ ਹੁੰਦੀ ਸੀ ਵੀ, ਨਿਕਲ ਜਾਂਦੇ ਸੀ 6-6 ਮਹੀਨੇ ਵੀ, ਸਾਲ ਸਾਲ ਵੀ ਟੱਪ ਜਾਂਦਾ ਸੀਗਾ। ਹੁਣ ਕਦੋਂ ਮਿਲ ਕੇ ਗਿਆ ਫਿਰ?
ਹੁਣ ਜੇਲ੍ਹ ਤੋਂ ਬਾਅਦ ਹਾਂ 8-9 ਮਹੀਨੇ ਹੋ ਗਏ ਸਨ। ਉਦੋਂ ਆ ਕੇ ਇੱਥੇ ਕਮਰੇ 'ਚ ਬੈਠਾ ਰਿਹਾ, ਘੰਟਾ ਗੱਲਾਂ ਕੀਤੀਆਂ ਸਾਰੇ ਪਰਿਵਾਰ 'ਚ ਬਹਿ ਗਿਆ ਆ ਕੇ, ਅਤੇ ਘੰਟਾ ਰੋਟੀ ਖਾਧੀ 7-8 ਜਣ ਨਾਲ, ਉਹਨਾਂ ਨੂੰ ਉੱਧਰਲੇ ਘਰੇ ਬਿਠਾ ਤਾ। ਆਹੀ ਘਰ ਸੀ ਸਾਡੇ ਕੋਲ ਤਾਂ ਪਹਿਲਾਂ ਜਦੋਂ ਰਹਿੰਦਾ ਸੀ ਉਦੋਂ ਤਾਂ, ਬਸ ਇੱਥੇ ਹੀ ਆ ਕੇ ਬਹਿੰਦਾ ਸੀ, ਉੱਧਰ ਤਾਂ ਘੱਟ ਜਾਂਦਾ, ਉਹ ਘਰ ਬਾਅਦ 'ਚ ਬਣਾਇਆ ਸੀ। ਹਾਂ ਇੱਥੇ ਆ ਕੇ ਬਹਿੰਦਾ ਸੀ, ਇੱਥੇ ਬੈਠੇ ਸਾਰੇ ਹੰਦ ਬਾਈ ਜੀ ਬੈਠੇ, ਇੱਥੇ ਹੀ ਬੈਠੂੰਗਾ ਮੈਂ। ਜਿੱਦ ਕੀਤੀ ਹੋਵੇ ਵੀ ਆਹ ਚੀਜ਼ ਖਾਣੀ ਆ, ਮੈਂ ਆਹ ਕੰਮ ਕਰਨਾ, ਨਹੀਂ ਜਿੱਦ ਨਹੀਂ ਸੀ ਕਰਦਾ। ਜਦੋਂ ਆਪ ਹੀ ਸਾਰਾ ਕੁਛ ਆਪਦਾ ਲੈਣ ਵਾਲਾ ਚੀਜ਼ ਆਪ ਖਰੀਦ, ਜਦ ਇੰਨੀ ਹੈ ਹੀ ਨਹੀਂ ਸੁਧੀ, ਜਿਵੇਂ ਜੇ ਆਪਦੀ ਮਨ ਦੀ ਕਰਦਾ ਸੀ ਨਾ, ਜਦ ਜਿਹੜੀ ਚੀਜ਼ ਲੈਣੀ ਹੈ ਖਾਣੀ ਉਹਨੇ, ਉਹ ਖਾਣੀ ਖਾਣੀ ਆਪ। ਸਾਡੇ ਕੋਲ ਦੁੱਧ ਘਿਓ ਜਿਵੇਂ ਆਪਣੇ ਘਰ ਦਾ ਹੁੰਦਾ ਸੀ, ਉਹ ਚੀਜ਼ ਉਹਨੇ ਘਰ ਦੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦਾ ਸੀ, ਖਾਣੀਆਂ ਪੀਣੀਆਂ, ਦਹੀਂ ਦੁੱਧ ਉਹ ਹੁੰਦਾ ਹੀ ਸੀ ਆਪਣੇ ਘਰਾਂ 'ਚ ਆਮ, ਬਸ ਉਹ ਜ਼ਿਆਦਾ ਪੀਣਾ ਖਾਣਾ ਉਹਨੇ। ਦੂਜੇ ਬਾਕੀ ਚੀਜ਼ ਤਾਂ ਉਹਨੇ ਆਪਦੀ ਮਨ ਮਰਜ਼ੀ ਦੀ ਬਾਹਰੋਂ ਪਸੰਦ ਨਾਲ ਹੀ ਖਾਣੀ। ਅੰਦੋਲਨ 'ਚ ਜੇਲ੍ਹ ਜਾ ਕੇ ਮਤਲਬ ਜਦੋਂ ਲੋਕ ਬੜਾ ਵਧੀਆ ਗੱਲਾਂ ਕਰੀ ਜਾਂਦੇ ਸੀ, ਉਦੋਂ ਪਰਿਵਾਰ ਨੂੰ ਵੀ ਦਿੱਕਤਾਂ ਸਾਹਮਣਾ ਕਰਨਾ ਪਿਆ? ਕੋਈ ਬਾਹਰ ਅੰਦਰ ਨਿਕਲਦੇ ਸੀ ਤਾਂ ਲੋਕ ਕੋਈ ਪੁੱਛਦੇ, ਸਵਾਲ ਕਰਦੇ ਸੀ? ਪੁੱਛਦੇ ਸੀ ਜੀ, ਪੁੱਛਦੇ ਵੀ ਸੀ ਕਿ ਕਹਿੰਦੇ ਸਾ ਪਤਾ ਨਹੀਂ ਪਰਮਾਤਮਾ ਨੂੰ, ਹੁਣ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੋਈ ਜਾਂਦਾ। ਉਹਨੂੰ ਕਹਿੰਦੇ ਸੀਗੇ ਵੀ ਕਿਉਂ ਧਰਨੇ 'ਚ ਆ ਕੇ ਇੱਧਰ ਤੂੰ ਬੈਠਾ, ਕੀ ਆ ਇਹ, ਜਾਂ ਉੱਥੇ ਘਰੇ ਪਰਿਵਾਰ ਨਾਲ ਗੱਲ ਹੋਣੀ, ਮੇਰੀ ਚਾਚੀ ਜੀ ਨਾਲ ਕਹਿਣਾ, ਮੈਂ ਕਹਿਣਾ ਵੀ ਇਹ ਕਿਉਂ ਇਸ ਕੰਮ 'ਚ ਆ ਗਿਆ, ਵੀ ਆਪਦਾ ਕਾਰੋਬਾਰ ਵਧੀਆ ਸੀ, ਇਹਨੂੰ ਕਿਹੜਾ ਕੋਈ ਭੁੱਖ ਸੀ? ਉਹ ਕਹਿੰਦੇ ਨਹੀਂ, ਪੈਸੇ ਦੀ ਭੁੱਖ ਹੀ ਨਹੀਂ ਸੀ, ਪੈਸਾ ਦੇਖਣਾ ਹੀ ਨਹੀਂ ਮੈਂ, ਅਤੇ ਪੈਸੇ ਦੀ ਮੈਨੂੰ ਤਾਂ ਕਿਹੜਾ ਭੁੱਖ ਹੈ ਕੋਈ, ਵੀ ਪਰ ਦੁਨੀਆ ਕਹਿੰਦਾ, ਮੈਂ ਉਹਨੂੰ ਕਹਿੰਦੀ ਸੀ ਵੀ ਦੁਨੀਆ ਨਹੀਂ ਤੁਹਾਨੂੰ ਇਹ ਕਰਦੀ, ਛੱਡਦੇ ਕੰਮ ਕਿਹੜਾ, ਤੂੰ ਤੇਰੇ ਮਗਰ ਪਈ ਆ, ਵੀ ਤੈਨੂੰ ਕੋਈ ਉਲਝਾਉਣਗੇ ਕਿਸੇ ਗੱਲ 'ਚ? ਕਹਿੰਦਾ ਨਹੀਂ ਭੈਣੇ, ਦੁਨੀਆ ਆਪਣੀ ਹੈ ਸਾਰੀ, ਉਹ ਸਾਰਿਆਂ ਨੂੰ ਆਪਦੇ ਸਮਝਦਾ ਸੀ, ਅਤੇ ਬਹੁਤ ਕਿਹਾ। ਮੈਂ ਤਾਂ ਹੀ ਕਹਿੰਦੀ ਸੀ ਮੈਂ ਕਿਉਂ ਘਰ ਬਹਿ ਜੇ, ਆਪਦੇ ਕੰਮ ਕਾਰ ਛੱਡ ਕੇ ਆ ਕੇ ਕਿਉਂ ਇੱਥੇ ਫਸਿਆ? ਕਹਿੰਦਾ ਨਹੀਂ, ਤਾਂ ਰਿਕਤ ਤਾਂ ਆਈ ਜੀ, ਸਾਹ ਸੁੱਖ ਸੁੱਖ ਗਏ, ਸੁੱਖਾਂ ਸੁੱਖੀਆਂ ਬਥੇਰੀਆਂ ਉਹਦੇ ਪਿੱਛੇ, ਆਥਣੇ ਸ਼ਾਮ ਸੁਬਹਾ ਸ਼ਾਮ ਕਰਦੇ ਸਾਂਗੇ ਵੀ ਉਹਦਾ ਉਦੋਂ ਆ ਗਿਆ ਸੀ, ਤਾਂ ਹੁਣ ਪਤਾ ਨਹੀਂ ਆਹ ਪਤਾ ਨਹੀਂ ਸੀ ਭਾਣੇ ਦਾ ਵੀ ਆਹ ਵਰਤੂਗਾ ਅਤੇ ਆਹ ਕੁਛ ਹੋਊਗਾ, ਹੁਣ ਤਾਂ ਉਦੋਂ ਤਾਂ ਆ ਗਿਆ ਸੀਗਾ। ਬਚਪਨ 'ਚ ਆਪਣੇ ਕੇਸ ਰੱਖੇ ਹੋਏ ਸੀਗੇ, ਮਤਲਬ ਜੂੜਾ ਵਗੈਰਾ ਰੱਖਿਆ ਸੀ? ਹਾਂਜੀ, ਜੂੜਾ ਕਰਦੀ ਰਹੀ ਮੈਂ ਆਪਦੇ ਹੱਥੀਂ, ਇੱਥੇ ਰਹਿੰਦਾ ਸੀ ਕਰਾਉਂਦਾ, ਤਾਂ ਜੂੜਾ ਕਰਦੇ ਰਹੇ, ਪਟਕਾ ਬੰਨਦਾ, ਪਟਕਾ ਬੰਨਦਾ, ਖੜਾ ਹੀ ਕਰਾ ਲੈਂਦਾ ਭੈਣ ਕਰੀ ਕਿਹੜਾ, ਅਤੇ ਨਾ ਤਾਂ ਮੇਰਾ ਪਰਮਿੰਦਰ ਸੀ, ਪਰ ਮੈਨੂੰ ਉੱਥੇ ਪੇਕੇ ਛੋਟਾ ਜਿਹਾ ਪਿੰਦੀ ਕਹਿੰਦੇ, ਪਿੰਦੀ ਭੈਣ ਕਹਿੰਦਾ, ਨਾਲੇ ਪਿੰਦੀ ਕਹਿੰਦਾ, ਨਾਲੇ ਮੇਰੇ ਭੈਣ ਕਹਿੰਦਾ, ਹਾਂ ਉਹਨੇ ਪਿੰਦੀ ਭੈਣ, ਤਾਂ ਪਿੰਦੀ ਭੈਣ ਕੋਲ, ਪਿੰਦੀ ਭੈਣ ਕੰਮ ਵਾਧਾ ਹੁੰਦਾ, ਫਿਰ ਜੇ ਕੋਈ ਕਰਨਾ ਕਦੇ ਕਹਿੰਦਾ ਰਹਿਣਾ ਨਹੀਂ ਜਾਣਾ ਨਾ, ਅੱਜ ਹੁਣ ਜੇ ਕਿਤੇ ਬਾਹਰ ਮਿਲਣਾ ਤਾਂ ਫਿਲਮ ਬਣਾਈ ਉਹਨੇ, ਅਸੀਂ ਦੇਖਣ ਗਏ, ਅੱਛਾ ਪਿੰਦੀ ਭੈਣ ਵੀ ਆਈਏ ਦੇਖ ਕੇ, ਕਹਿੰਦਾ ਮੈਂ ਹਾਂ ਆਈ ਜਵਾਕ, ਕਹਿੰਦੇ ਚੱਲ ਮੰਮੀ ਤੂੰ ਵੀ, ਕਹਿੰਦਾ ਫਿਰ ਅੱਛਾ ਠੀਕ ਹੈ ਚੱਲ ਮੈਂ ਆਊਂਗਾ ਕਦੇ, ਅਤੇ ਨਾਲੇ ਪਿੰਦੀ ਕਹਿਣਾ ਨਾਲੇ ਭੈਣ ਕਹਿਣਾ। ਆਹ ਘਟਨਾ ਦਾ ਜਦੋਂ ਪਤਾ ਲੱਗਦਾ ਵੀ ਐਂ ਲੱਗਦਾ ਸੀਗਾ, ਉਮੀਦ ਸੀ ਵੀ ਆਹ ਹੋ ਸਕਦਾ ਇਸ ਤਰ੍ਹਾਂ ਦਾ? ਕੋਈ ਉਮੀਦ ਨਹੀਂ ਸੀ, ਪਰ ਜਦੋਂ ਆਹ ਪਿਛਲੇ 26 ਤੋਂ ਉਦੋਂ ਇਹ ਲੱਗਦਾ ਸੀਗਾ ਕਿ ਬਈ ਤੈਨੂੰ ਇਕੱਲਾ ਨਾ ਬਾਹਰ ਜਾਇਆ ਕਰ, ਵੀ ਆਹ ਕੁਛ ਤੂੰ ਬੋਲੀ ਜਾਂਦਾ, ਵੀ ਜਵਾਕ ਸੁਣਾਉਣ ਦੇ ਫੋਨ 'ਤੇ ਸੁਣਾਉਂਦੇ ਸੀ ਸਾਨੂੰ, ਸੁਣਦੇ ਵੀ ਸਾਂਗੇ, ਪਰ ਫਿਰ ਦੇਖਦੇ ਸਾਂਗੇ ਵੀ ਇੰਨਾ ਦੁਨੀਆ 'ਤੇ ਬਹੁਤ ਕੁਛ ਹੁੰਦਾ ਵੀ ਇਹ ਤੂੰ ਨਾ ਸੁਣੂ, ਇਹੀ ਕਰ ਕੰਮ, ਛੱਡਦੇ ਬੋਲਣਾ ਜੇ ਤੂੰ ਬੋਲੀ ਜਾਂਦਾ। ਉਹ ਕਹਿੰਦਾ ਵੀ ਨਹੀਂ ਮੈਂ ਕਿਸੇ ਨੂੰ ਮੈਂ ਕਿਹੜਾ ਮਾੜਾ ਕਹਿਣਾ, ਸੱਚ 'ਤੇ ਹਾਂ, ਅਤੇ ਸੱਚ 'ਤੇ ਹਾਂ, ਪਰ ਉਹਦਾ ਸੱਚ ਪਰਮਾਤਮਾ ਨੂੰ ਹੀ ਪਤਾ ਹੁਣ, ਸੱਚ ਦਾ ਤਾਂ ਵੀ ਕੀ ਕਰਿਆ ਉਹਨੇ, ਕੀ ਗੱਲਾਂ ਕਰਦਾ ਸੀ ਉਹ। ਦੀਪ ਦੀ ਗੁੜੀਆ ਨਾਲ ਵੀ ਗੱਲਬਾਤ ਹੁੰਦੀ ਰਹੀ ਹੈ ਕਿਤੇ? ਨਹੀਂ ਉਹ ਇੰਗਲਿਸ਼ ਬੋਲਦੇ ਆ ਨਾ, ਉਹ ਸਮਝ ਘੱਟ ਲੈਂਦੇ ਪੰਜਾਬੀ ਦੀ। ਹਾਂ ਉਹ ਆਏ ਵੀ ਘੱਟ ਆ ਇੱਧਰ, ਅਤੇ ਆਏ ਘੱਟ ਆ ਇੱਥੇ, ਤੋਂ ਬੰਬਈ ਆ ਬਸ ਜਾਂ ਰਾਂਚੀ, ਉਹਦੇ ਨਾਨਕੇ ਸੀ ਉੱਧਰ ਨੂੰ ਪੜ੍ਹਨ ਲਾਤੀ ਸੀ, ਉੱਥੇ ਇੱਥੇ ਬਹੁਤ ਘੱਟ ਆਏ, ਅਤੇ 2-4 ਵਾਰੀ ਛੋਟੀ ਹੁੰਦੀ ਮਿਲੀ ਵਿਚਾਰੀ, ਹੁਣ ਤਾਂ 5-7 ਸਾਲਾਂ ਤੋਂ ਜਦੋਂ ਚਾਚਾ ਜੀ ਦੀ ਡੈਥ ਹੋਈ ਸਾਡੇ ਦੀ, ਉਦੋਂ ਦੀ ਮਿਲੀ ਵਿਚਾਰੀ ਹੁਣ ਮਿਲੀ ਆ। ਰੁਕੜੀ ਵੇਲੇ ਤਾਂ ਨਹੀਂ ਕਦੇ ਆਉਂਦਾ, ਕਈ ਵਾਰ ਹਨਾ ਭੈਣ ਨਾਲ ਭਰਾ ਰੁੱਸ ਜਾਂਦਾ ਹੋਊਗਾ? ਨਹੀਂ ਸੀ ਆਉਂਦਾ ਜੀ, ਤਾਂ ਐਂ ਨਹੀਂ ਸੀ ਆਉਂਦਾ, ਉਹ ਆਹ ਟਾਈਮ ਨਹੀਂ, ਬਸ ਫੋਨ ਕਰ ਲੈਂਦਾ, ਮੈਂ ਫੋਨ ਕਰ ਲੈਂਦਾ ਸੀ ਵੀ ਆਇਆ ਨਹੀਂ ਕਿ ਭੈਣੇ ਮੈਂ ਆਊਂਗਾ ਜ਼ਰੂਰ, ਪਹੁੰਚਦਾ 4 ਦਿਨਾਂ ਨੂੰ, 5 ਦਿਨਾਂ ਨੂੰ ਇਸ ਟਾਈਮ 'ਤੇ, ਬਸ ਇਹ ਕਹਿ ਕੇ ਉਹਨੇ ਫੋਨ 'ਤੇ ਗੱਲਾਂ ਕਰਕੇ ਠੀਕ ਠਾਕ ਹੈ ਸਾਰਿਆਂ ਦਾ, ਪਰਿਵਾਰ ਦਾ ਪੁੱਛ ਲੈਣਾ ਸਾਰੇ ਠੀਕ ਹੈ, ਬਸ ਠੀਕ ਹੈ ਸਾਰੇ, ਕੋਈ ਨਹੀਂ ਨਹੀਂ ਆਏਗਾ ਤਾਂ ਫਿਰ ਕੀ, ਆਪ ਵੀ ਕਹਿੰਦੇ ਸਰਪੰਚ ਚੱਲ ਵੀਰਾ ਤੇਰੇ ਕੰਮ ਹੈ, ਵੀ ਨਹੀਂ ਆਏਗਾ ਫਿਰ ਆ ਜੀ ਬਾਅਦ 'ਚ, ਪਰ ਉਦੋਂ ਤਾਂ ਫੋਨ 'ਤੇ ਸਬਰ ਆ ਜਾਂਦਾ ਸੀ ਵੀ ਹੈਗਾ ਫਿਰਦਾ, ਜਿਹੜਾ ਹੁਣ ਅੱਜ ਹੱਥੋਂ ਗਿਆ ਸਾਡੇ, ਅੱਜ
ਹੁਣ ਨਹੀਂ ਕੋਈ ਤਾਂ ਸਾਹ ਬੰਦ ਕਰ ਗਿਆ ਹੁਣ ਤਾਂ ਅਤੇ ਸਾਹਮਣੇ ਵਰਗਾ ਵੀਰ ਹੁਣ ਨਹੀਂ ਇੱਥੇ ਆਉਣਾ ਕਿਤੇ ਅਤੇ ਹੁਣ ਨਹੀਂ ਇੱਥੇ ਆਉਣਾ ਜਿਹੜਾ ਹੁਣ ਇੱਥੋਂ ਨਿਕਲ ਗਿਆ ਪਰ ਜੇ ਐਂ ਕਹਿੰਦੇ ਛੱਬੀ ਜਨਵਰੀ ਤੋਂ ਪਿਛਲੀ ਦੁਨੀਆਂ ਉਦੋਂ ਇਹ ਕੁਛ ਹੋ ਜਾਂਦਾ ਉਹਦੇ ਪਿੱਛੇ ਜਿਵੇਂ ਦੁਨੀਆਂ ਹੁਣ ਕਰੀ ਜਾਂਦੀ ਆ ਤਾਂ ਕੁਛ ਗੱਲ ਹੋਰ ਹੁੰਦੀ ਤਾਂ ਕੁਛ ਗੱਲ ਹੋਰ ਹੁੰਦੀ ਫਿਰ ਜਿਹੜਾ ਆਹ ਕੁਛ ਹੁਣ ਦੇਖਿਆ ਅਸੀਂ ਚਸ਼ਕਾਰ ਤੋਂ ਤਾਂ ਹੁਣ ਦੁਨੀਆਂ ਦੇਖੀ ਜਾਂਦੇ ਘਰੇ ਕੋਈ ਖੜਨ ਨੂੰ ਥਾਂ ਨਹੀਂ ਦੁਨੀਆਂ ਲੋਕ ਆਈ ਜਾਈ ਜਾਂਦੇ ਆ ਹਾਂ ਕੁਛ ਗੱਲ ਹੋਰ ਹੁੰਦੀ ਫਿਰ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਉਹਨਾਂ ਨੇ ਵਿਛੜੀ ਰੋਹ ਨੂੰ ਜਿਹੜੀ ਸ਼ਾਂਤੀ ਬਖਸ਼ੇ ਸੋ ਗੱਲਬਾਤ ਕੀਤੀ ਹੈ ਭੈਣ ਨੇ ਉਹਨਾਂ ਦੇ ਭੈਣ ਵੀ ਕਹਿ ਸਕਦੇ ਆ ਮਾਂ ਵੀ ਕਹਿ ਸਕਦੇ ਆ ਹਨਾ ਕਿਉਂਕਿ ਦੋਨਾਂ ਰੂਪਾਂ 'ਚ ਹੀ ਦੋਵਾਂ ਰੂਪਾਂ 'ਚ ਹੀ ਉਹਨਾਂ ਨੂੰ ਦੀਪ ਸਿੱਧੂ ਨੂੰ ਸੰਭਾਲਦੇ ਰਹੇ ਨੇ ਕਦੇ ਭੈਣ ਬਣ ਕੇ ਅਤੇ ਕਦੇ ਮਾਂ ਬਣ ਕੇ ਸੋ ਜੁੜੇ ਰਹੋ ਸੱਚ ਬਾਈ ਨਾਲ ਧੰਨਵਾਦ।